ਪੰਜਾਬ ਦੇ ਵਿੱਚ ਜਿੰਨੇ ਵੀ ਆਜ਼ਾਦ ਉਮੀਦਵਾਰ ਉੱਠੇ ਸੀ ਸਾਰੇ ਦੇ ਸਾਰੇ ਹਾਰ ਚੁੱਕੇ ਆ। ਤੁਹਾਨੂੰ ਇਹ ਸਾਰਾ ਰਿਜ਼ਲਟ ਦੱਸਣ ਜਾ ਰਿਹਾ ਮੈਂ। ਪੰਜਾਬ ਦੇ ਲੋਕੋ, ਜਿੰਨੇ ਵੀ ਆਜ਼ਾਦ ਉਮੀਦਵਾਰ ਉੱਠੇ ਸੀ ਸਾਰੇ ਦੇ ਸਾਰੇ ਹਾਰ ਚੁੱਕੇ ਆ, ਸਾਰੇ ਦੇ ਸਾਰੇ ਹਾਰ ਚੁੱਕੇ ਆ। ਜਿੰਨੇ ਵੀ ਆਜ਼ਾਦ ਉਮੀਦਵਾਰ ਸੀ ਕਿਉਂ ਹਾਰੇ ਆ, ਕਿਹੜੀ ਗੱਲੋਂ ਹਾਰੇ ਆ, ਪ੍ਰੋਬਲਮਾਂ ਸੁਣ ਲਓ। ਮੈਂ ਫਿਰੋਜ਼ਪੁਰ ਤੋਂ ਆਜ਼ਾਦ MP ਦੀ ਚੋਣ ਲੜ ਰਿਹਾ, ਔਰ ਜਿਹੜੇ ਚੰਗੇ ਪੱਤਰਕਾਰ ਆ, ਮੀਡੀਆ ਚੈਨਲ ਆ, ਉਹ ਕੀ ਕੰਮ ਕਰ ਰਿਹਾ ਕਿ ਫਿਰੋਜ਼ਪੁਰ ਤੋਂ ਜਿਹੜੀ ਇੱਕ ਫੋਟੋ ਜੀ ਪਾ ਰਹੇ ਆ ਕਿ ਇਹਨਾਂ ਵਿੱਚੋਂ ਕੌਣ ਬਾਜ਼ੀ ਮਾਰੂਗਾ। ਕਾਂਗਰਸ ਦਾ ਨਾਮ ਲਿਆ ਜਾ ਰਿਹਾ, ਘੁਬਾਏ ਦਾ ਨਾਮ ਲਿਆ ਜਾ ਰਿਹਾ, ਰਾਣਾ ਸੋਢੀ ਦਾ, ਹੋਰ ਆਮ ਆਦਮੀ ਪਾਰਟੀ ਵਾਲਿਆਂ ਦਾ ਨਾਮ ਲਿਆ ਜਾ ਰਿਹਾ। ਉਹ ਫੋਟੋ 6 ਫੋਟੋ ਪਾ ਦਿੰਦੇ ਆ, ਪਰ ਜਿੰਨੇ ਆਜ਼ਾਦ ਉੱਠੇ ਆ ਉਹਨਾਂ ਨੂੰ ਅੱਗੇ ਲਿਆ ਹੀ ਨਹੀਂ ਰਹੇ। ਕੀ ਗੱਲ, ਅਸੀਂ ਕੈਂਡੀਡੇਟ ਨਹੀਂ। ਮੇਰੀ ਚੋਣ ਕਮਿਸ਼ਨਰ ਨੂੰ ਬੇਨਤੀ ਆ ਕਿ ਕਮਿਸ਼ਨਰ ਸਾਹਿਬ, ਜਿੰਨੇ ਵੀ ਆ ਪੱਤਰਕਾਰ ਆ ਉਹਨਾਂ ਨੂੰ ਆਖੋ ਕਿ ਜਿਹੜੇ ਆਜ਼ਾਦ ਉਮੀਦਵਾਰ ਵੋਟਾਂ ਮੰਗ ਰਹੇ ਆ ਜਾਂ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਆ, ਉਹਨਾਂ ਨੇ ਵੀ ਫਾਈਲਾਂ ਭਰੀਆਂ, ਉਹ ਵੀ ਕੈਂਡੀਡੇਟ ਆ। ਜੇ ਗੱਲ ਕਰੀਏ ਫਿਰੋਜ਼ਪੁਰ ਤੋਂ, 15-16 ਜਣਿਆਂ ਨੇ ਫਾਰਮ ਭਰੇ ਆ, ਤੇ ਜਿਹੜੇ ਪੱਤਰਕਾਰ ਆ, ਮੈਂ ਸਾਰਿਆਂ ਨੂੰ ਨਹੀਂ ਆਉਂਦਾ, ਬਹੁਤ ਸਾਰੇ ਚੰਗੇ ਵੀ ਆ, ਪਰ ਉਹ ਫੋਟੋਆਂ ਸਿਰਫ ਤੇ ਸਿਰਫ 2-4 ਦੀਆਂ ਹੀ ਪਾ ਰਹੇ ਆ। ਆ ਜਿਹੜੀਆਂ ਚੰਗੀਆਂ ਚੰਗੀਆਂ ਪਾਰਟੀਆਂ, ਹਾਥੀ ਵਾਲੇ ਦੀ ਆ, ਕਾਂਗਰਸ, BJP, ਝਾੜੂ ਵਾਲੇ, ਅਕਾਲੀ ਦਲ ਤੇ ਆਪਣੇ ਸਿਮਰਜੀਤ ਮਾਨ ਜੀ ਦੇ ਪਾਰਟੀ ਦੇ ਵਿੱਚੋਂ ਤੇ 1-2 ਹੋਰਾਂ ਦੇ, ਪਰ ਜਿਹੜੇ ਆਜ਼ਾਦ ਉੱਠੇ ਆ ਉਹਨਾਂ ਨੂੰ ਤਾਂ ਗੁੰਮਸ਼ੁਦਾ ਹੀ ਕਰ ਦਿੰਦੇ ਆ ਇਹ, ਪਹਿਲਾ ਕਾਰਨ। ਦੂਜਾ ਕਾਰਨ, ਆਜ਼ਾਦ ਉੱਠੇ ਆ ਔਰ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਵੀ ਆ, ਨਾ ਤਾਂ ਆਜ਼ਾਦ ਬੰਦੇ ਕੋਲ ਪੋਸਟਰ ਲਾਉਣ ਨੂੰ ਪੈਸੇ ਹੁੰਦੇ ਆ, ਨਾ ਆਜ਼ਾਦ ਬੰਦਾ ਆ 1400 ਪਿੰਡਾਂ ਦੇ ਵਿੱਚ ਆਪਦਾ ਚੋਣ ਨਿਸ਼ਾਨ ਲੈ ਕੇ ਜਾ ਸਕਦਾ। ਪਰ ਇਹ ਦੱਸੋ ਵੀ ਇਹ ਕਾਰਨ ਕੀ ਆ, ਜਿਹੜੇ ਬੰਦੇ ਆਜ਼ਾਦ ਆ ਉੱਠਦੇ ਆ, ਅਸਲ ਦੇ ਵਿੱਚ ਉਹਨਾਂ ਦੇ ਫਾਰਮ ਪਹਿਲਾਂ ਭਰਨੇ ਚਾਹੀਦੇ ਆ, ਤੇ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਚੋਣ ਨਿਸ਼ਾਨ ਮਿਲ ਜਾਵੇ, ਉਹ ਕੋਈ 15-20 ਦਿਨ ਪ੍ਰਚਾਰ ਕਰ ਲੈਣ। ਭਾਈ ਇਹ ਹਾਰਨ ਦੇ ਕਾਰਨ, ਅੱਜ ਮੈਂ ਲੋਕ ਸਭਾ ਫਿਰੋਜ਼ਪੁਰ ਤੋਂ MP ਦੀ ਚੋਣ ਲੜ ਰਿਹਾ, ਮੇਰੀ ਉਮਰ ਘੱਟ ਆ, ਮੈਂ ਬਾਪੂ ਦੇ ਫਾਰਮ ਭਰਾਏ ਆ। ਹਾਲੇ ਤੱਕ ਵੀ ਅੱਜ ਦੂਜਾ ਦਿਨ ਲੰਘਣ ਨੂੰ ਹੋ ਗਿਆ ਫੈਲ ਜਮ੍ਹਾਂ ਕਰਾਈ ਨੂੰ, ਪਰ ਸਾਨੂੰ ਗਨਮੈਨ ਨਹੀਂ ਪਹੁੰਚੇ ਸਾਡੇ ਕੋਲ, ਜਿਹੜੇ ਪਾਰਟੀਆਂ ਦੇ ਆ ਉਹਨਾਂ ਕੋਲ 30-30, 40-40 ਗਨਮੈਨ ਲਈ ਫਿਰਦੇ ਆ ਭਰਾਵੋ। ਸਾਡੇ ਕੋਲ 2 ਗਨਮੈਨ, ਉਹ ਵੀ ਪਤਾ ਨਹੀਂ ਕਿਹੋ ਜਿਹੇ ਦੇਣੇ ਆ ਹਾਲੇ, ਕਿਹੋ ਜਿਹੇ ਨਹੀਂ, ਉਹ 2 ਮਿਲਨੇ ਆ, ਹਾਲੇ ਮਿਲੇ ਵੀ ਨਹੀਂ। ਉਹ ਅੱਜ ਮੈਂ CAD ਵਾਲਿਆਂ ਨੂੰ ਫੋਨ ਲਾਇਆ, ਕਹਿੰਦੇ ਤੁਹਾਡੇ ਕੋਲ ਆਏ ਨਹੀਂ, ਮੈਂ ਕਿਹਾ ਨਹੀਂ ਆਏ। ਬਹੁਤ ਸਾਰੇ ਪੱਤਰਕਾਰ, ਜਿਸ ਦਿਨ ਮੈਂ ਹਾਰ ਗਿਆ ਉਸ ਦਿਨ ਮੇਰੀਆਂ ਨਾਸਾਂ 'ਚ ਮੈਕ ਤੁੰਨਣਗੇ ਕਿ ਵਿਸ਼ਵਦੀਪ ਤੁਸੀਂ ਹਾਰ ਗਏ ਆ, ਤੁਹਾਨੂੰ ਹਾਰ ਨਸੀਬ ਹੋਈ ਆ, ਕੀ ਕਹੋਗੇ, ਕਹਿਣਾ ਕੀ ਆ, ਕੀ ਗੱਲ।
ਸਾਡਾ ਬਾਪੂ ਨਹਾਉਂਦਾ ਨਹੀਂ ਜਾਂ ਆਜ਼ਾਦ ਉਮੀਦਵਾਰ ਜਿੰਨੇ ਪੰਜਾਬ ਦੇ ਵਿੱਚੋਂ ਉੱਠੇ ਆ ਉਹਨਾਂ ਨੂੰ ਮੀਡੀਆ ਵਿਖਾਉਂਦੀ ਨੇ ਕਿਹੜੀ ਗੱਲੋਂ? ਜੇ ਮੀਡੀਆ ਇਹ ਕਹਿੰਦੀ ਆ ਕਿ ਭਾਈ ਪਾਰਟੀਆਂ ਵਾਲੇ ਮੰਤਰੀ ਕਈ ਵਾਰ ਧੱਕਾ ਕਰਦੇ ਆ, ਧੱਕਾ ਤਾਂ ਭਰਾਵੋ ਤੁਹਾਡਾ ਵੀ ਚੱਲ ਰਿਹਾ। ਇੱਕ ਮੈਂ ਚੈਨਲ ਦਾ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ 6 ਜਣਿਆਂ ਦੀ ਫੋਟੋ ਪਾਈ ਆ, ਸਾਨੂੰ ਭੁੱਲ ਹੀ ਗਏ। ਜਿੰਨੇ ਆਜ਼ਾਦ ਉਮੀਦਵਾਰ ਉੱਠੇ ਆ ਉਹਨਾਂ ਦੀ ਫੋਟੋ ਸਾਹਮਣੇ ਆਉਣੀ ਚਾਹੀਦੀ ਆ। ਭਾਈ 1400 ਦੇ ਲਗਭਗ ਪਿੰਡ ਆਉਂਦਾ ਫਿਰੋਜ਼ਪੁਰ ਦੇ ਵਿੱਚ, ਮੈਨੂੰ ਉਮੀਦ ਸੀ ਮੇਰੇ ਪੋਸਟਰ ਲੱਗਣਗੇ ਪਰ ਨਹੀਂ ਲੱਗਦੇ। ਕਾਰਨ ਕੀ? ਕਹਿੰਦਾ ਛੰਨਾ ਭਰਿਆ ਕੱਚੇ ਦੁੱਧ ਦਾ ਵਿੱਚ ਵਗਾ ਕੇ ਮਿਸ਼ਰੀ ਦੀ ਮੁੱਠ ਮਾਰੀ, ਛੱਡ ਕੇ ਮੈਦਾਨ ਭੱਜ ਗਏ ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ। ਅੱਜ ਉਹ ਮੈਦਾਨ ਛੱਡ ਕੇ ਭੱਜ ਗਏ, ਮੇਰੇ ਅਰਕੇ ਦਾ ਫੋਨ ਨਹੀਂ ਚੱਕਦੇ। ਅੱਜ ਮੈਂ ਫੋਨ ਲਾਉਣਾ ਕਿਸੇ ਨੂੰ ਤਾਂ ਮੇਰੀ ਜਾਤ ਪੁੱਛਦੇ ਆ, ਕਿਆ ਜਾਤ ਆ ਤੇਰੀ? ਮੈਂ ਕਿਹਾ ਕੀ ਗੱਲ, ਰੱਬ ਨੇ ਤਾਂ ਪੁੱਛੀ ਨਹੀਂ, ਤੁਸੀਂ ਪੁੱਛਦੇ ਆ। ਜਦੋਂ ਐਸੀ ਭਾਈਚਾਰੇ ਕੋਲ ਜਾਂਦਾ ਉਹ ਕਹਿੰਦੇ ਭਾਈ ਤੂੰ ਕਿਸਾਨਾਂ ਦੇ ਧਰਨਿਆਂ 'ਤੇ ਜਾਂਦਾ। ਮੈਂ ਕਿਹਾ ਭਰਾਵਾ ਕਿਸਾਨ ਮਜ਼ਦੂਰ ਵਾਲੀ ਗੱਲ ਨਹੀਂ, ਐਸੀ BC ਜਰਨਲ ਦਾ ਮੈਂ ਰੌਲਾ ਨਹੀਂ ਪਾਉਂਦਾ, ਮੈਂ ਸਿਹਤ ਸਿੱਖਿਆ ਰੁਜ਼ਗਾਰ ਦਾ ਰੌਲਾ ਪਾਉਂਦਾ, ਪਰ ਮੇਰੇ ਨਾਲ ਕੋਈ ਨਹੀਂ ਖੜਦਾ, ਨਾ ਮੀਡੀਆ ਖੜਦੀ, ਨਾ ਲੋਕ ਖੜਦੇ, ਨਾ ਭਰਾਵੋ ਜਿਹੜੇ ਕੋਈ ਮਦਦ ਕਰਨ ਵਾਲੇ ਦੇ ਨਾ ਤੁਸੀਂ ਖੜਦੇ। ਮੈਂ ਕਦੇ ਵੀ ਜਾਤ ਪਾਤ ਦੀ ਗੱਲ ਨਹੀਂ ਕੀਤੀ। ਮੈਂ ਪਿੰਡਾਂ ਦੇ ਵਿੱਚ ਜਾ ਰਿਹਾ, ਅੱਜ ਮੈਂ ਮੁੰਡਾ ਘੱਲਿਆ, ਮੈਂ ਕਿਹਾ ਜਾ ਲੋਨ ਦਾ ਪਤਾ ਕਰਕੇ ਆ, ਲੜਾਂਗੇ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਪਰ ਮੇਰੀ ਹਾਰ ਜਿੱਤ ਵਾਸਤੇ ਲੜਾਈ ਨਹੀਂ ਗੀ। ਲੜਾਈ ਸਾਡੀ ਇਹ ਆ ਕਿ ਲੋਕਾਂ ਦੀਆਂ ਧੀਆਂ ਭੈਣਾਂ ਪੜ੍ਹੀਆਂ ਲਿਖੀਆਂ ਉਹਨਾਂ ਨੂੰ 51,000 ਦੀ ਸਗਨ ਸਕੀਮ ਨਹੀਂ ਚਾਹੀਦੀ, 21,000 ਦੀ ਨੌਕਰੀ ਚਾਹੀਦੀ ਆ, ਪਹਿਲਾ ਰੂਲ। ਦੂਜਾ, ਸਾਨੂੰ ਬਿਜਲੀ ਫ੍ਰੀ ਨਹੀਂ ਚਾਹੀਦੀ, 40,000 ਦੀ ਨੌਕਰੀ ਚਾਹੀਦੀ ਆ, 4,000 ਰੁਪਇਆ ਬਿਜਲੀ ਬਿੱਲ ਭਰਾਂਗੇ, 36,000 ਰਹਿ ਜੂਗਾ ਪਿੱਛੇ, 6,000 ਦਾ ਆਟਾ ਰਾਸ਼ਨ ਦਾਲ ਲਿਆਵਾਂਗੇ, 30,000 ਬਚੂਗਾ, ਸਾਨੂੰ ਕਮਰੇ ਨਹੀਂ ਚਾਹੀਦੇ ਕਿਸੇ ਸਰਕਾਰ ਕੋਲੋਂ, ਅਸੀਂ ਜਾ ਕੇ ਬੈਂਕ ਨਾਲ ਗੱਲਬਾਤ ਕਰਾਂਗੇ, 40,000 ਰੁਪਇਆ ਸਾਡੀ ਤਨਖਾਹ, 10,000 ਰੁਪਇਆ ਸਾਡਾ ਖਰਚਾ ਆ ਜਾਂਦਾ ਬਿਜਲੀ ਅਤੇ ਆਟਾ ਰਾਸ਼ਨ ਦਾਲ 'ਤੇ, ਸਾਡੇ ਕੋਲ 30,000 ਬਚਦਾ, 20,00,000 ਦਾ ਲੋਨ ਦੇ ਅਸੀਂ ਕੋਠੀ ਪਾਉਣੀ ਆ, ਤੈਨੂੰ ਮਹੀਨੇ ਦੀ 20,000 ਰੁਪਇਆ ਕਿਸ਼ਤ ਭਰਿਆ ਕਰਾਂਗੇ। ਪਰ ਅਫਸੋਸ ਦੀ ਗੱਲ ਇਹ ਆ ਸਾਨੂੰ ਫ੍ਰੀ ਦੇ ਵਿੱਚ ਉਲਝਾਇਆ ਗਿਆ, ਸਾਡੇ ਜਿਹੜੇ ਭਰਾ ਜਿਹੜੇ ਹੋਰਾਂ ਦੀ ਮਦਦ ਕਰਦੇ ਆ ਮੇਰੇ ਵੱਲ ਝਾਕਦੇ ਵੀ ਨਹੀਂ। ਕਈ ਪੱਤਰਕਾਰ ਮੈਨੂੰ ਕਹਿੰਦੇ ਆ ਨੀਟੂ ਸ਼ਟਰਾਂ ਵਾਲਿਆ ਤਰ੍ਹਾਂ ਤੇਰੀ ਵੀ ਚੜ੍ਹਾਈ ਹੋ ਗਈ। ਉਹ ਮੈਂ ਅੱਗ ਨਹੀਂ ਲਾਉਂਦਾ ਇਹੋ ਜਿਹੀ ਚੜ੍ਹਾਈ ਨੂੰ, ਕਿਆ ਮੇਰੀ ਚੜ੍ਹਾਈ ਹੋ ਗਈ? ਇਹ ਕੀ ਚੜ੍ਹਾਈ ਹੈ? ਚੜ੍ਹਾਈ ਉਹ ਹੁੰਦੀ ਆ ਜਦੋਂ ਸਾਡੇ ਪੰਜਾਬ ਦੀ ਚੜ੍ਹਾਈ ਹੋਵੇ। ਸਾਡੇ ਦੇਸ਼ ਦੇ ਵਿੱਚ ਬਿਜਲੀ ਫ੍ਰੀ ਦੇ ਰਹੇ ਆ, ਉਹ ਕੋਈ ਤੁਹਾਡੇ ਵਾਸਤੇ ਨਹੀਂ, ਉਹ ਫਾਇਦਾ ਕਿਹਨਾਂ ਨੂੰ ਹੋਣਾ? ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ। ਜੇਕਰ ਰੇਲਾਂ ਟ੍ਰੇਨਾਂ, ਜੇਕਰ ਇੱਕ ਜਿਹੜਾ ਕਹਿ ਲਓ ਹਵਾਈ ਅੱਡਾ 10 ਦਿਨਾਂ ਵਾਸਤੇ ਉਹਨੂੰ ਇੰਟਰਨੈਸ਼ਨਲ ਅੱਡਾ ਬਣਾਇਆ ਜਾ ਸਕਦਾ, ਤਾਂ ਫਿਰ
ਜਿਸ ਦਿਨ ਪ੍ਰਾਈਵੇਟ ਆ ਜਿਹੜਾ ਕਹਿ ਲਓ ਬਿਜਲੀ ਮਹਿਕਮਾ ਆਉਣ ਵਾਲੇ ਸਮਿਆਂ ਦੇ ਵਿੱਚ ਘਾਟੇ 'ਚ ਜਾ ਵੜਨਾ, ਪਰ ਉਸ ਸਮੇਂ ਤੋਂ ਅੱਜ ਤੁਹਾਡੇ ਆ ਚਿੱਪਾਂ ਵਾਲੇ ਮੀਟਰ ਲੱਗੀ ਜਾਂਦੇ ਆ, ਉਹ ਇੱਕ ਸਿਆਸਤ ਆ, ਤੁਹਾਨੂੰ ਸਮਝਾ ਨਹੀਂ ਰਹੇ ਵੀ ਭਾਈ ਜਿਹੜੀ ਅੱਜ ਤੁਹਾਡੇ ਚਿੱਪਾਂ ਵਾਲੇ ਮੀਟਰ ਲੱਗੇ ਜਾਂਦੇ ਆ, ਉਹਨਾਂ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਬਿਜਲੀ ਮਹਿਕਮਾ ਪ੍ਰਾਈਵੇਟ ਹੋ ਜਾਏ, 80% ਅੱਜ ਬਿਜਲੀ ਮਹਿਕਮਾ ਘਾਟੇ ਦੇ ਵਿੱਚ ਆ। ਤੇ ਜਦੋਂ ਇਹ ਸਾਰਾ ਘਾਟੇ 'ਚ ਹੋ ਗਿਆ, ਨਾ ਤੁਹਾਡਾ ਪੁੱਤ ਜਈ ਲੱਗਣਾ, ਨਾ ਲੈਣ ਮੈਨ ਲੱਗਣਾ, ਲਾ ਲਓ ਜੇ ਜਿੱਥੇ ਲਾਉਣਾ। ਜਿਵੇਂ ਅੱਜ ਜੀਓ ਵਰਗੀਆਂ ਸਿੰਮਾਂ, ਏਅਰਟੈਲ ਵਰਗੀਆਂ ਸਿੰਮਾਂ, VI ਵਰਗੀਆਂ ਸਿੰਮਾਂ ਸਾਡੇ ਫੋਨਾਂ ਦੇ ਵਿੱਚ ਆ, BSNL ਸਰਕਾਰੀ ਸਿੰਮ ਸਾਡੇ ਪਿੰਡਾਂ ਦੇ ਵਿੱਚ ਟਾਵਰ ਲੱਗੇ ਹੋਣ, ਉਹਨਾਂ ਦੀ ਰੇਂਜ ਨਹੀਂ ਆਉਂਦੀ, ਉਹ ਸਾਡੇ ਮੋਬਾਈਲਾਂ ਦੇ ਵਿੱਚ ਹੈ ਨਹੀਂ ਗੀ। ਕਿਉਂ ਨਹੀਂ ਸਮਝਦੇ? ਕਦੋਂ ਸਮਝੋਗੇ? ਚਲੋ ਤੁਹਾਡੀ ਮਰਜ਼ੀ ਆ, ਅਸੀਂ ਤਾਂ ਕਿਆ ਕਰ ਸਕਦੇ ਹਾਂ ਜਦੋਂ ਤੁਹਾਡੀ ਮਾਤੀ ਇਹੋ ਜਿਹੀ ਹੋ ਗਈ। ਦੂਜੀ ਗੱਲ ਕਿ ਤੁਹਾਡਾ ਇਲਾਜ ਨਹੀਂ ਹੁੰਦਾ ਲੋਕੋ, ਮੈਂ ਸਿਹਤ ਸਿੱਖਿਆ ਰੁਜ਼ਗਾਰ ਦੀ ਗੱਲ ਕਰਦਾ। ਜਿਹੜੇ ਸਕੂਲਾਂ 'ਚ ਤੁਹਾਡੇ ਬੱਚੇ ਪੜ੍ਹਦੇ ਆ, ਉਹਨਾਂ ਵਿੱਚ ਟੀਚਰ ਪੂਰੇ ਨਹੀਂ ਹੁੰਦੇ। ਜਿਨ੍ਹਾਂ ਦੇ ਵਿੱਚ ਉਹ ਮੰਤਰੀਆਂ ਦੇ ਬੱਚੇ ਪੜ੍ਹਦੇ ਆ, ਉੱਥੇ PM ਤੱਕ ਦੇ ਵੀ ਦੋ ਦੋ ਲੱਗੇ ਹੋਣਗੇ, ਪਰ ਸਾਡੇ ਕੋਲ ਛੇਤੀ ਟੀਚਰ ਪੂਰੇ ਨਹੀਂ ਹੁੰਦੇ ਸਕੂਲਾਂ ਦੇ ਵਿੱਚ, ਸਾਡੇ ਬੱਚੇ ਕੀ ਬਣ ਜਾਣਗੇ? ਜੇਕਰ ਸਕੂਲ ਚੰਗੇ ਆ, ਫਿਰ ਇਹਨਾਂ ਸਕੂਲਾਂ ਦੇ ਜਿਹੜੇ ਟੀਚਰ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਕਿਉਂ ਪੜ੍ਹਦੇ ਆ? ਜੇਕਰ ਸਕੂਲ ਚੰਗੇ ਆ, ਫਿਰ ਮੈਨੂੰ ਦੱਸੋ ਕਿ ਜਿਹੜੇ ਆ ਸਰਕਾਰੀ ਅਧਿਕਾਰੀ ਆ, IPS ਰੈਂਕ ਦੇ ਵਿਅਕਤੀ ਆ, SSP ਆ, ਜਾਂ DC ਸਾਹਿਬ ਜਾਂ ਜੱਜ ਸਾਹਿਬਾਨ, ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਕਿਉਂ ਪੜ੍ਹਦੇ ਆ? ਇਹ ਤੁਸੀਂ ਦੱਸੋ ਜੇ ਸਰਕਾਰੀ ਸਕੂਲ ਚੰਗੇ ਤਾਂ। ਇਹ ਜਵਾਬ ਕਦੇ ਵੀ ਕਿਸੇ ਨੇ ਨਹੀਂ ਮੰਗਿਆ, ਕਦੇ ਵੀ ਕਿਸੇ MP ਨੇ ਸਵਾਲ ਨਹੀਂ ਚੱਕੇ ਜਿਹੜੇ ਮੈਂ ਚੱਕੀ ਫਿਰਦਾ, ਪਰ ਫਿਰ ਵੀ ਕੋਈ ਮੇਰੀ ਮਦਦ ਕਰਨ ਨੂੰ ਤਿਆਰ ਨਹੀਂ ਹੋਏ। ਅੱਜ ਮੇਰੇ ਪੋਸਟਰ ਲੱਗਿਆ ਤਾਂ ਮੈਂ ਕਿਸੇ ਤੋਂ ਪੈਸਾ ਨਹੀਂ ਮੰਗ ਰਿਹਾ, ਨਾ ਮੈਨੂੰ ਪੈਸਾ ਚਾਹੀਦਾ। ਕੀ ਪਤਾ ਤੁਸੀਂ ਕਿਵੇਂ ਤਾਂ ਪੈਸੇ ਇਕੱਠੇ ਕਰਨ ਨੂੰ ਫਿਰਦਾ। ਹੋਰ ਵੀਰਾ ਨਹੀਂ ਚਾਹੀਦੇ, ਸਾਨੂੰ ਪੋਸਟਰ ਲਵਾ ਕੇ ਦਿਓ। ਮੈਨੂੰ ਇਹਨਾਂ ਦੇ ਬਰੋਬਰ ਪਰਮਾਤਮਾ ਨੇ ਜੇ ਖੜਾਇਆ, ਬਾਬਾ ਸਾਹਿਬ ਨੇ ਹੱਕ ਦਿੱਤਾ, ਤੇ ਤੁਸੀਂ ਜਿਹੜੇ ਵੀਰੋ ਅੱਜ ਮਦਦ ਕਰੋ ਕਿ ਮੈਂ ਇਹਨਾਂ ਦੇ ਬਰੋਬਰ ਪੋਸਟਰ ਲਾਉਣੇ ਆ। ਮੇਰੇ ਵਾਰੀ ਕਿਉਂ ਖੁੱਡਾਂ 'ਚ ਲੋਕੇ ਸਾਰੇ? ਕੀ ਗੱਲ ਹੋ ਗਈ? ਅੱਜ ਮੀਡੀਆ ਕਿੱਥੇ ਆ? ਮੇਰੇ ਕੋਲ ਕਿਉਂ ਨਹੀਂ ਆ ਰਹੀ? ਮੈਨੂੰ ਪੋਸਟਰ ਲਾਉਣ ਦੀ ਲੋੜ ਨਹੀਂ ਪੈਣੀ ਸੀ? ਜੇਕਰ ਮੇਰਾ ਅੱਜ ਚਿਹਰਾ ਲਿਆਓ ਫਿਰੋਜ਼ਪੁਰ ਦੇ ਸਾਹਮਣੇ, ਮੇਰੇ ਸਵਾਲ ਕਿਉਂ ਨਹੀਂ ਉਹ ਕਰ ਸਕਦੇ? ਜੇਕਰ ਮੈਂ ਰਾਣਾ ਸੋਢੀ ਦਾ ਮੁੰਡਾ ਹੁੰਦਾ, ਜੇ ਮੈਂ ਰਾਣੇ ਸੋਢੀ ਦਾ ਭਰਾ ਹੁੰਦਾ, ਤਾਂ ਲੋਕਾਂ ਨੇ ਪੱਤਰਕਾਰਾਂ ਨੇ ਕਹਿਣਾ ਸੀ ਭਾਈ ਉਹਨਾਂ ਤੋਂ ਉੱਠਿਆ। ਜੇ ਮੈਂ ਇੱਧਰੋਂ ਕਾਂਗਰਸ ਦਾ ਜਾਂ ਉੱਧਰੋਂ ਉੱਠਿਆ ਹੁੰਦਾ, ਫਿਰ ਕਹਿਣਾ ਸੀ ਚਲੋ ਚਲੋ ਚਲੋ। ਗੱਲਾਂ ਮਜ਼ਾਕ ਵਾਲੀਆਂ ਨਹੀਂ, ਓ ਸੋਚਣ ਵਾਲੀਆਂ, ਦੰਦੀਆਂ ਕੱਢਦੇ। ਗੱਲ ਸੁਣ ਧਿਆਨ ਨਾਲ। ਫਿਰ ਦੂਜੀ ਗੱਲ ਯਾਦ ਰੱਖੋ ਕਿ ਤੁਹਾਡਾ ਇਲਾਜ ਨਹੀਂ ਹੁੰਦਾ, ਇਲਾਜ ਨਹੀਂ ਹੁੰਦਾ, ਤੁਸੀਂ NRI ਤੋਂ ਪੈਸੇ ਮੰਗਵਾਉਂਦੇ ਆ, ਪੰਜਾਬ ਦੇ ਲੋਕਾਂ ਦੇ ਤਰਲੇ ਪਾਉਂਦੇ ਆ। ਅੱਜ ਵੀ YouTube Facebook ਤੇ ਵੀਡੀਓ ਆਉਂਦੀਆਂ, ਤੁਹਾਡੇ 5 ਲੱਖ ਵਾਲੇ ਕਾਰਟ ਨਹੀਂ ਚੱਲਦੇ ਉੱਥੇ ਜਾ ਕੇ, ਉਹ ਤੁਸੀਂ ਕਿੱਥੇ ਫਿਰਦੇ ਆ? ਅਸੀਂ ਵੋਟ ਪਾਉਣੀ ਆ, ਤੁਸੀਂ ਜਾਤ ਬਰਾਦਰੀ ਨੂੰ ਵੇਖ ਕੇ ਵੋਟਾਂ ਪਾਉਣ ਵਾਲੇ ਹੋ, ਤੁਹਾਡੇ ਪੱਲੇ ਕੱਖ ਨਹੀਂ ਪੈਣਾ। ਹਰ ਜਾਤੀ ਦੇ ਵਿੱਚੋਂ MLA MP ਬਣੇ ਆ, ਜੇਕਰ ਉਹ ਜਾਤ ਦਾ ਕੋਈ ਸਵਰਿਆ ਤਾਂ ਤੁਸੀਂ ਮੈਨੂੰ ਦੱਸੋ। ਜਾਤ ਵੇਖ ਕੇ ਵੋਟਾਂ ਨਾ ਪਾਓ ਜੇ ਵੀਰੋ, ਗੱਲਾਂ ਸੁਣ ਲਓ, ਤੁਹਾਡੇ ਕੰਮ ਦਾ ਆਉਣਗੇ।
ਯਾਦ ਰੱਖੋ, ਸਿਹਤ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਰਕਾਰੀ ਡਾਕਟਰ ਆ ਉਹ ਆਪਦੇ ਪਰਿਵਾਰਾਂ ਦੇ ਇਲਾਜ ਸਰਕਾਰੀ ਹਸਪੀਟਲੋਂ ਨਹੀਂ ਕਰਾਉਂਦੇ, ਉਹਨਾਂ ਦਾ ਵੀ ਪ੍ਰਾਈਵੇਟ ਹੁੰਦਾ। ਮੰਤਰੀਆਂ ਦੇ ਇਲਾਜ ਬਾਹਰੋਂ ਹੁੰਦੇ ਆ, ਜਿਹੜੇ ਪੰਜ ਪੰਜ ਵਾਰ ਮੁੱਖ ਮੰਤਰੀ ਰਹਿ ਗਏ ਉਹਨਾਂ ਦੇ ਇਲਾਜ ਜਲਮੋਂ ਹੁੰਦੇ ਆ। ਉਹਨਾਂ ਨੇ ਆਪਦੇ ਵਾਸਤੇ ਨਹੀਂ ਕੁਛ ਬਣਾ ਸਕੇ, ਤੁਹਾਡੇ ਵਾਸਤੇ ਕੀ ਬਣਾਉਣਗੇ? ਤੇ ਜਾਗੋਗੇ ਕਦੋਂ, ਉੱਠੋਗੇ ਕਦੋਂ? ਸਮਝ ਨਹੀਂ ਆ ਰਹੀ। ਹੁਣ ਮੈਂ ਕਹਿ ਰਿਹਾ ਕਿ ਪੰਜਾਬ ਦੇ ਲੋਕੋ, ਬਹੁਤ ਜਣਿਆਂ ਨੇ ਮੇਰੇ ਨਾਲ ਆ ਮਹੀਨਾ ਮਜ਼ਾਕ ਕੀਤਾ, ਕਿਸੇ ਨੇ ਮੈਨੂੰ ਗੱਡੀ ਦਾ ਲਾਰਾ ਲਾਇਆ, ਕਿਸੇ ਨੇ ਕਾਸੇ ਦਾ, ਕਿਸੇ ਨੇ ਕਾਸੇ ਦਾ, ਪਰ ਅੱਜ ਮੈਨੂੰ ਤੁਹਾਡੀ ਲੋੜ ਆ। ਮੈਂ ਪਿੰਡ ਪਿੰਡ ਪੋਸਟਰ ਲਾਉਣਾ ਚਾਹੁੰਦਾ, ਗੱਡੀਆਂ 'ਚ ਤੇਲ ਪਵਾ ਕੇ ਪਿੰਡ ਪਿੰਡ ਜਾਣਾ ਚਾਹੁੰਦਾ। 9595085965 9505875965 9595085765 ਗੂਗਲ ਪੇਟੀਐਮ ਨੰਬਰ ਆ। ਮੈਨੂੰ ਤੁਹਾਡੇ ਸਾਥ ਦੀ ਲੋੜ ਆ। ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਮੈਨੂੰ ਤੁਸੀਂ ਜਿਹੜਾ ਕਹਿ ਲਓ ਕਿ ਭਾਈ ਚੋਣ ਨਿਸ਼ਾਨ ਜਿਹੜਾ ਉਹ ਮੇਰਾ ਭਰਿਆ ਹੋਇਆ ਕੱਲ੍ਹ ਪਰਸੋਂ ਨੂੰ ਆਜੂਗਾ ਉੱਥੇ। ਭਾਈ ਯਾਦ ਰੱਖੋ, ਜਿਹੜਾ ਵੀ ਲੋਕ ਸਭਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਸਾਨੂੰ ਫੋਨ ਲਾਵੇ, ਸਾਡੀ ਮਦਦ ਕਰੇ। ਜਿਹੜੇ ਬਾਹਰ ਦੇ ਸੱਜਣਾ ਜਿਹੜੇ ਉਹ ਸਾਰੇ ਸਾਡੇ ਭਰਾਵਾਂ ਦੀ ਮਦਦ ਕਰ ਰਹੇ ਹੋ, ਸਾਡੀ ਵੀ ਕਰੋ। ਸਾਨੂੰ ਪੈਸਾ ਨਹੀਂ ਚਾਹੀਦਾ, ਸਾਡੇ ਪੋਸਟਰ ਲਵਾ ਕੇ ਦਿਓ, ਪੈਸਾ ਸਾਨੂੰ ਨਾ ਫੜਾਓ। ਪੈਟਰੋਲ ਪੰਪਾਂ 'ਤੇ ਫੋਨ ਕਰੋ, ਸਾਨੂੰ ਗੱਡੀਆਂ 'ਚ ਤੇਲ ਪਵਾ ਕੇ ਦਿਓ। ਅਸੀਂ ਇੱਕ ਦਿਨ ਦੇ ਵਿੱਚ, ਮੈਨੂੰ ਸ਼ੌਂਕ ਆ ਕਿ ਕਦੇ ਦਾਤਾ ਮੇਰਾ ਉਹ ਸਮਾਂ ਲੈ ਕੇ ਆਵੇ ਜਦੋਂ ਮੈਂ ਪ੍ਰਚਾਰ ਕਰਦਾ ਵਾਂ, ਰਾਤ ਦੇ 1-1 ਵਜੇ ਤੱਕ ਦੇ ਪ੍ਰਚਾਰ ਰੱਖੇ ਹੋਣ, ਜਿਵੇਂ ਕਈ ਵਾਰ ਮੈਂ ਵੱਡੇ ਲੀਡਰਾਂ ਦੇ ਵੇਖੇ ਆ। ਮੈਂ ਕਦੇ ਝੂਠ ਨਹੀਂ ਬੋਲਿਆ, ਪਰ ਲੋਕ ਮੈਨੂੰ ਮਜ਼ਾਕ ਪਾਤਰ ਮੰਨਦੇ ਆ, ਪਰ ਤੁਹਾਡੀ ਜ਼ਿੰਦਗੀ ਖੁਦ ਮਜ਼ਾਕ ਹੈ। ਇੱਕ ਹੋਸਪਿਟਲਾਂ 'ਚ ਤੁਹਾਡੀ ਨਹੀਂ ਕੋਈ ਸੁਣਦਾ, ਥਾਣੇ ਕਚਹਿਰੀਆਂ 'ਚ ਤੁਹਾਡੀ ਨਹੀਂ ਕੋਈ ਸੁਣਦਾ, ਤੁਸੀਂ ਖੁਦ ਮਜ਼ਾਕ ਬਣੇ ਪਏ ਆ, ਕਦੋਂ ਸਮਝੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।